के दाते प्रीतम प्रभ मेरे मन जीवे प्रभ नाम चिते तन सोवेला जित दर्शन करना हूं बलिदारी सतगुर चरणा हूं बलिदारी सतगुर चरणा हाँ बलिहारी सतगुर जी मन जीवे प्रभु नाम चितेरे प्रभु नाम सच मंत्र तुम्हारा अमृत बाणी शीतल पुरख दृष्ट सुजानी सच हुक्म तुम्हारा तहत निवासी आए न जाए मेरा प्रभु अविनाशी तुम मेहरवान दास हम दीन नानक साहिब भरपूर लीना मंगो जी मन जीवे नाम चितेरे सारी संगत आखो सतनाम जेड़े टले रह गए एक करी फेर कलगियां वाले उदे च ताकत भी बड़ी आखो सतनाम हुण मैं नहीं बोलना तुसी दस्यो उहदा की नां है नज़र भी नहीं आउंदी थोड़ी पिछे नज़र भी नहीं आउंदी ताकत भी बड़ी है साढ़े शरीर विच एक चीज नज़र भी नहीं आती तो ताकत भी बड़ी सारे बोलो जी की ना जी वह जी बोलो जी मन आखो सतना हूँ मन वेख्या कभी कि हाथ से वेख्या जी आ चार उंगलां एक अंगूठा अख वेखी है पलक है आ भैन बैठी हैं ਤੁਸੀਂ ਕਈ ਵਾਰੀ ਬੱਚੇ ਨੂੰ ਸਿਖਾਉਂਦੀਆਂ ਜੇ ਨਾ ਆਈਜ਼ ਕਿੱਥੇ ਹੈ ਬੱਚਾ ਹੱਥ ਲਾਉਂਦਾ ਇਹ ਹੈ ਨੋਜ਼ ਕਿੱਥੇ ਹੈ ਇਹ ਹੈ ਹੈੱਡ ਕਿੱਥੇ ਹੈ ਹੁਣ ਕਦੀ ਬੱਚੇ ਨੂੰ ਪੁੱਛਿਆ ਜੇ ਮਨ ਕਿੱਥੇ ਗੱਜ ਕੇ ਆਖੋ ਸਾਥ ਕਦੀ ਬੱਚੇ ਨੂੰ ਆਪ ਪੁੱਛਿਆ ਆਪਾਂ ਮਨ ਕਿੱਥੇ ਹੈ ਉਹ ਨਜ਼ਰ ਨਹੀਂ ਨਾ ਆਉਂਦਾ ਤਾਕਤ ਵੀ ਬੜੀ ਹੈ ਨਜ਼ਰ ਵੀ ਨਹੀਂ ਆਉਂਦਾ ਇਹ ਮਹਾਂਪੁਰਸ਼ਾਂ ਦਾ ਬਚਨ ਹੈ ਕਿ ਮਨ ਵਿੱਚ ਇੰਨੀ ਤਾਕਤ ਹੈ
ਜੁੜੀਆਂ ਪੁਗੀਆਂ ਰੂਹਾਂ ਦਾ ਬਚਨ ਜੇ ਕਹਿੰਦੇ ਸੀ ਮਨ ਵਿੱਚ ਇੰਨੀ ਤਾਕਤ ਅਤੇ ਇਹ ਅਗਰ ਕੰਟਰੋਲ 'ਚ ਹੋਵੇ ਕੰਟਰੋਲ 'ਚ ਹੋਵੇ ਤਾਂ ਪ੍ਰਾਣੀ ਨੂੰ ਸੱਚਖੰਡ ਲੈ ਜਾਂਦਾ, ਇੱਕ ਮਨ ਕੰਟਰੋਲ 'ਚ ਨਾ ਹੋਵੇ ਤਾਂ ਨਰਕਾਂ 'ਚ ਲੈ ਜਾਂਦਾ। ਆਖੋ ਸਤਨਾਮ, ਐਡੀ ਤਾਕਤ ਇਹਦੇ 'ਚ। ਇਹ ਮਹਾਂਪੁਰਸ਼ਾਂ ਦੇ ਬਚਨ ਨੇ, ਮਨ ਕੰਟਰੋਲ 'ਚ ਹੋਵੇ ਤਾਂ ਸਾਡੇ ਸਿਰ ਦੇ ਉੱਤੇ ਪੁੰਨਾਂ ਦੀਆਂ ਪੰਡਾਂ ਰੱਖ ਦਿੰਦਾ, ਪੁੰਨਾਂ ਦੀਆਂ ਪੰਡਾਂ। ਇੱਕ ਮਨ ਕੰਟਰੋਲ 'ਚ ਨਾ ਹੋਵੇ ਤਾਂ ਸਾਧ ਸੰਗਤ ਸਾਡੇ ਸਿਰ 'ਤੇ ਪਾਪਾਂ ਦੀਆਂ ਪੰਡਾਂ ਰੱਖ ਦਿੰਦਾ, ਐਡੀ ਤਾਕਤ ਰੱਖਦਾ। ਇਹ ਸਤਪੁਰਸ਼ਾਂ ਦੇ ਬਚਨ ਨੇ, ਗੁਰਬਾਣੀ ਦੇ ਬਚਨ ਨੇ। ਕਹਿੰਦੇ ਮਨ 'ਚ ਇੰਨੀ ਤਾਕਤ ਅਤੇ ਜਮੁਨਾ ਨਗਰ 'ਚ ਰਹਿਣ ਵਾਲਿਓ, ਮਨ ਚਾਹਵੇ ਤਾਂ ਤੁਹਾਨੂੰ ਦਾਤਾ ਵੀ ਬਣਾ ਸਕਦਾ, ਮਨ ਚਾਹਵੇ ਤੁਹਾਨੂੰ ਮੰਗਤਾ ਬਣਾ ਸਕਦਾ। ਆਖੋ ਸਤਨਾਮ, ਇਤਨੀ ਸਮਰੱਥਾ ਰੱਖਦਾ। ਤੁਹਾਡੇ 'ਚੋਂ ਜਿਹੜੀਆਂ ਭੈਣਾਂ ਅਤੇ ਵੀਰ ਸਹਿਜ ਪਾਠ ਕਰਦੇ ਹੋਣ ਗੁਰੂ ਗ੍ਰੰਥ ਸਾਹਿਬ ਜੀ ਦਾ, ਕਈ ਕਰਦੇ ਆ ਦੋ ਅੰਗ, ਪੰਜ ਅੰਗ, ਦਸ ਅੰਗ ਰੋਜ਼ ਦੇ। ਅੰਗ ਕਿਹਾ ਕਰੋ, ਅੰਗ ਵਰਕੇ ਨਾ ਕਿਹਾ ਕਰੋ। ਮੈਂ ਇੰਨੇ ਸਫ਼ੇ ਰੋਜ਼ ਸਹਿਜ ਪਾਠ ਦੇ ਕਰਨਾ, ਸਫ਼ੇ ਨਹੀਂ ਕਹਿਣਾ, ਇਹ ਬੇਦਬੀ ਹੈ। ਮੈਂ ਇੰਨੇ ਵਰਕੇ ਰੋਜ਼ ਸਹਿਜ ਪਾਠ ਦੇ, ਬੇਦਬੀ ਹੈ। ਜੇ ਵਰਕੇ ਕਹੋਗੇ, ਸਫ਼ੇ ਕਹੋਗੇ, ਫਿਰ ਸਾਡੀ ਕਿਤਾਬ ਦੀ ਭਾਵਨਾ ਬਣ ਜਾਏਗੀ ਗੁਰੂ ਗ੍ਰੰਥ ਸਾਹਿਬ ਦੀ ਕਿਤਾਬ ਦੀ। ਵਰਕੇ ਹੁੰਦੇ ਨੇ, ਸਫ਼ੇ ਹੁੰਦੇ ਨੇ ਕਿਤਾਬਾਂ ਦੇ। ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧ ਵਿੱਚ ਜਦੋਂ ਲਫ਼ਜ਼ ਬੋਲਣੇ, ਅੰਗ ਕਹਿਣਾ, ਅੰਗ ਆਖੋ ਸਤਨਾਮ। ਅੱਜ ਮੇਰੇ ਕੋਲੋਂ 10 ਅੰਗਾਂ ਦੀ ਸਤਿਗੁਰਾਂ ਨੇ ਸਹਿਜ ਪਾਠ ਦੀ ਸੇਵਾ ਲਈ, ਅੰਗ ਕਹਾਂਗੇ। ਅੱਜ ਮੈਂ ਸਾਡੇ ਅੰਗ ਦੁਖਦਾ ਹੈ ਜੀ, ਅੰਗ ਅੰਗ ਕਹਿਣ ਨਾਲ ਭਾਵਨਾ ਬਣਦੀ, ਫਿਰ ਪ੍ਰਗਟ ਗੁਰਾਂ ਕੀ ਦੇਹ ਦੀ। ਸਫ਼ੇ ਨਹੀਂ ਕਹਿਣਾ, ਵਰਕੇ ਨਹੀਂ ਕਹਿਣਾ, ਇਹ ਗੱਲ 'ਚੋਂ ਗੱਲ ਆ ਜਾਂਦੀ। ਮਨ ਚਾਹੇ ਜਮੁਨਾ ਨਗਰ ਵਾਲੇ ਉਹ ਤੁਹਾਨੂੰ ਦਾਤਾ ਬਣਾ ਦੇਵੇ, ਮਨ ਚਾਹੇ ਮੰਗਤਾ ਬਣਾ ਦੇ। ਜਿਹੜੇ ਤੁਹਾਡੇ 'ਚੋਂ ਸਹਿਜ ਪਾਠ ਕਰਦੇ ਹੈ, ਇਹ ਉਹਨਾਂ ਨੂੰ ਪਤਾ। ਕਈ ਵਾਰੀ ਸਹਿਜ ਪਾਠ ਕਰੋ ਤਾਂ ਪੰਗਤੀਆਂ ਆਉਂਦੀਆਂ, ਮਨ ਜੋਗੀ ਮਨ ਭੋਗੀਆ, ਮਨ ਮੂਰਖ ਗਵਾਰ। ਹੁਣ ਵੇਖ ਲਓ, ਮਨ ਜੋਗੀ ਮਨ ਭੋਗੀ ਆ, ਮਨ ਮੂਰਖ ਗਵਾਰ। ਅੱਗੇ ਬੋਲੋ, ਮਨ ਦਾਤਾ ਮਨ ਮੰਗਤਾ। ਗੱਜ ਕੇ ਆਖੋ ਸਤਨਾਮ। ਮਨ ਸਿਰ ਗੁਰ ਕਰਤਾਰ, ਕਿੱਡੀ ਵੱਡੀ ਗੱਲ ਬਾਣੀ 'ਚ ਲਿਖੀ ਕਿ ਮਨ 'ਚ ਜੋਗ ਆ ਜਾਏ ਬੰਦਾ ਜੋਗੀ ਬਣ ਜਾਂਦਾ, ਮਨ 'ਚ ਭੋਗ ਆ ਜਾਣ ਬੰਦਾ ਭੋਗੀ ਬਣ ਜਾਂਦਾ, ਮਨ ਮੂਰਖਤਾ ਕਰ ਲਏ ਬੰਦਾ ਮੂਰਖ ਬਣ ਜਾਂਦਾ, ਮਨ 'ਚ ਵਿਕਾਰ ਆ ਜਾਣ ਬੰਦਾ ਵਿਕਾਰੀ ਬਣ ਜਾਂਦਾ, ਮਨ 'ਚ ਆ ਜਾਏ ਮੈਂ ਕਿਸੇ ਦੇ ਮੁੱਖ 'ਚ ਕੁਝ ਪਾਉਣਾ ਬੰਦਾ ਦਾਤਾ ਬਣ ਜਾਂਦਾ, ਮਨ 'ਚ ਆ ਜਾਏ ਕਿਸੇ ਦੇ ਮੁੱਖ 'ਚੋਂ ਖਿੱਚਣਾ ਅਤੇ ਮਨ ਮੰਗਤਾ ਬਣਾ ਦਿੰਦਾ। ਆਖੋ ਸਤਨਾਮ। ਇੰਨੀ ਤਾਕਤ ਹੈ ਗੁਰਬਾਣੀ ਵਿੱਚ ਬਚਨ ਨੇ, ਮਨ ਦਾਤਾ ਮਨ ਮੰਗਤਾ। ਇਹ ਸਿਰਫ 2 ਮਿੰਟ ਤਾਂ ਲਾ ਰਹੇ ਹਾਂ ਕਿ ਨਜ਼ਰ ਵੀ ਨਹੀਂ ਆਉਂਦਾ, ਤਾਕਤ ਵੀ ਇੰਨੀ। ਸਾਡੇ ਤੁਹਾਡੇ ਪਿਆਰੇ ਬਾਬਾ ਆਨੰਦ ਸਿੰਘ ਜੀ ਇਹਨੂੰ ਇੰਜਣ ਕਹਿੰਦੇ ਸੀ। ਆ ਜਿਹੜੀਆਂ ਅੱਖਾਂ ਨੇ, ਕਹਿੰਦੇ ਡੱਬੇ ਹੈ, ਗੱਡੀ ਦੇ ਡੱਬੇ ਹੁੰਦੇ ਨਾ ਇੰਜਣ ਦੇ, ਟ੍ਰੇਨ ਦੇ, ਕੰਨ ਡੱਬੇ ਹੈ, ਰਸਨਾ ਡੱਬੀ ਡੱਬੇ ਨੇ। ਕਹਿੰਦੇ ਸੀ ਮਨ ਇੰਜਣ ਹੈ। ਹੁਣ ਜਮੁਨਾ ਨਗਰ ਵਾਲਿਓ, ਤੁਸੀਂ ਕੋਈ ਅੰਬਾਲੇ ਤੋਂ ਟ੍ਰੇਨ ਫੜੋ ਅਤੇ ਤੁਸੀਂ ਜਾਣਾ ਹੋਵੇ ਦਿੱਲੀ, ਅਤੇ ਇੰਜਣ ਲੱਗਾ ਹੋਵੇ ਅੰਮ੍ਰਿਤਸਰ ਵੱਲ, ਅਤੇ ਜਿੱਧਰ ਇੰਜਣ ਹੈ ਡੱਬੇ ਉੱਧਰ ਹੀ ਜਾਣਗੇ। ਆਖੋ ਸਤਨਾਮ। ਜੇ ਇੰਜਣ ਦਿੱਲੀ ਵੱਲ ਲੱਗਾ ਤਾਂ ਡੱਬੇ ਦਿੱਲੀ ਜਾਣਗੇ, ਜੇ ਇੰਜਣ ਅੰਮ੍ਰਿਤਸਰ ਵੱਲ ਲੱਗਾ ਤਾਂ ਡੱਬੇ ਅੰਮ੍ਰਿਤਸਰ ਜਾਣਗੇ। ਮਨ ਇੰਜਣ ਹੈ, ਕਹਿੰਦੇ ਸੀ ਜਿੱਧਰ ਚਾਹੇ ਡੱਬਿਆਂ ਨੂੰ ਲੈ ਜਾਂਦਾ,
इंजन कंट्रोल च हो जाए बाकी इंद्रियां आपे कंट्रोल च हो जाती आ एक इंजन काबू च आ जाए सारिया इंद्रियां काबू आ जाए मन इंजन है ये फील ना करे हो किते तुहाडे चों केड़ी केड़ी भैन ड्रामे वेखदी जरा झाती पायो आखो सतनाम वह मेरी गल नूं सौखा समझ लैणगे जड़ियां भैणां सीरियल वेखदियां ड्रामे वेखदियां वैसे कंट्रोल करो हुण बड़ा हो गया काफ़ी चिर हो गया वेखदियां आखो सत हुण आपां बस फिनिश कर दईए क्योंकि मैं एक बेनती करां मैनूं आवाजा फड़ाया बाबा जी ने अंदर बाहर आना जाना पैंदा ये भी आते जाते ये जिन्ने ड्रामे बनते ना भैनों बहुते अहमदाबाद बनते उत्थे थोड़ियां कोठियां सस्तियां मिल जांदियां किराए ते आखो सतना उत्थे उन्होंने सारा सिस्टम सुस्टम बनाए ने जो टीमा टूमा बनाने वाली हैं ये आन जान करके थोड़ा पता है ते भैणां नूं बेनती है भी सब नकली स्टोरी है तुसी जदों ड्रामा वेखदे हो तुहाडे कई वारी अथरू आ जांदे हाय इहदे नाल की हो गया ओह अपना ही राज है जिन्हों मर्जी मार देण जिन्हों मर्जी जवाब दे ये सब नकली स्टोरी है थोड़ा ज्ञान ले आइए थोड़ी जी जागृति ले आइए आ मैनूं एक बीबी कहिंदी जी फलाने ड्रामे च एक बंदे नूं तीन हारी मारता तीन हारी मैं कहा उन्हां दे घर दा राज है जो मर्जी करी जाण आखो सतनाम जिधर मर्जी स्टोरी मोड़ देण जिधर मर्जी लै जाण तुसीं सारियां बीबियां भैणां गुरु ग्रंथ साहिब जी दी मन्नो मेरे मौन सरवणी इह ना सुणाए साकत गीत नाद धुन गावत बोलत बोल अजाए ये थोड़ा थोड़ा मैं तां बेनती कर रहा विच गल आ जाती है ये सब नकली स्टोरी है बहुत अहमदाबाद बनते हैं तो आप हुण बड़ी उम्र हो गई है हुण असली असली गुरु नानक दे हुण तो थोड़ा जा जड़ियां शताब्दियां आईयां सी बाबा महाराम सिंह जी बाबा ईश्वर सिंह जी वाह वाह एम एच वन ते रोज़ ही प्रोग्राम कोई ना कोई शायद अगों भी चलते रहन दे चलते पे ते मैनू बड़िया बीबिया ने किया कहिंदे चलो एक लाभ होया साडे सीरियल छुट गए आखो सत साडे ड्रामे घट गए है ये नकली स्टोरी है आपां कंट्रोल करिए पुन डुलदे है वैसे तुहाडे ते कृपा है संत नेचल सिंह जी ने प्रचार किया जमुना नगर च फिर भी कोई तुहाडे चो तवीत तबूत पाता हो ना मैं एक दिन पता किया मैं क्या तवीत आते कितों है कहिंदे जी पा लो तो कष्ट चला जाता डोले ना बन लो तो आ हो जाता ये सुन लो ये सारे तवीत अलीगढ़ तो आते जे आखो सतना जिन्ना तवीत ये अलीगढ़ तो आते है तो आप समझते हैं भी बस तवीत च पता नहीं कैड़ी ताकत है आप थोड़े जे सावधान होइए जागृति लियाइए आ हुण अजकल होर बड़ा जोर है समय के नाल नाल हर चीज़ का समा बनी जाता है हुण अजकल आ बड़ा जोर है धन लक्ष्मी यंत्र का हाको सतना हुण उहदा नां रखता शुभ धन वर्षा धन लक्ष्मी यंत्र शुभ धन वर्षा तुसीं सारे वेखदे ही हो वह जदों ऐड आती है जी ये नौ देवियां का अमृत है नौ देवतियां की शक्ति है ये धन लक्ष्मी यंत्र दो मंगा लो एक आदमी पा लवे एक जनानी पा लवे माया आनी शुरू हो जाएगी 3999 रुपये साढ़े अकाउंट च पा दो माया आनी शुरू हो जाएगी एक दिन दास ने सोचा मैं क्या जरा पता करिए आते कितों है आखो सतना यदि तह तक जाइए ये सारे आते कितों है ये कहिंदे नौ देवतियां दी शक्ति है नौ देवियां दा अमृत इहदे च इह सतगुरु दी हजूरी च बैठा जे दिल्ली दा परिवार है जिहड़े तुहाडे चो दिल्ली जाणदे आ ईस्ट ऑफ कैलाश इलाका है दिल्ली च हरजीत सिंह उहनां दा नां है पत्नी दा नां है जसविंदर कौर पढ़ी लिखी फैमिली एडवोकेट ने गुरु के सिख ने दास ने उन्होंने बेनती की मैं कहा तुहानू नॉलेज बड़ी है जरा महीना क भावें लग जाए पता करो ये धन लक्ष्मी यंत्र आते कितों है
ਇਹ ਬੜੀ ਐਡ ਇਹਦੀ ਆ ਰਹੀ ਹੈ ਵੀ 39 99 ਪਾਓ, ਬਸ ਇਹਦੇ 'ਚ 9 ਦੇਵਤਿਆਂ ਦੀ ਸ਼ਕਤੀ ਹੈ, 9 ਦੇਵੀਆਂ ਦਾ ਅੰਮ੍ਰਿਤ, ਇੱਕ ਆਦਮੀ ਪਾ ਲਏ, ਜਨਾਨੀ ਇੱਕ ਪਾ ਲਏ, ਬਸ ਮਾਇਆ ਹੋਣੀ ਸ਼ੁਰੂ ਹੋ ਜਾਂਦੀ ਹੈ। ਦਾਸ ਨੇ ਬੇਨਤੀ ਕੀਤੀ ਜਰਾ ਪਤਾ ਕਰਾਓ, ਸੁਣਿਓ ਇਹ ਸੱਚਾਈ ਜੇ। ਉਹਨਾਂ ਪੂਰੀ ਖੋਜ ਕੀਤੀ, ਪੂਰੀ ਖੋਜ, ਜਦੋਂ ਪੂਰੀ ਖੋਜ ਕੀਤੀ ਤੇ ਸਾਧ ਸੰਗਤ ਸੁਣ ਲਿਓ, ਇਹ ਜਿੰਨੇ ਧੰਨ ਲਕਸ਼ਮੀ ਯੰਤਰ ਏ ਸਾਰੇ ਚਾਈਨਾ ਤੋਂ ਆ ਰਹੇ ਜੇ। ਆਖੋ ਸਤਿਨਾਮ, ਇਹ ਚਾਈਨਾ ਤੋਂ ਆ ਰਹੇ ਜੇ, 60 ਰੁਪਏ ਦੇ 2 ਜੇ ਤੁਸੀਂ ਮੰਗਾਉਣੇ ਹੋਣ, ਮੈਨੂੰ ਐਡਰੈਸ ਦੇ ਦੇਣਾ ਹੈ ਜੀ, 60 ਰੁਪਏ ਦੇ 2 ਜੇ, 60 ਰੁਪਏ ਦਾ ਡੱਬਾ ਜੇ ਜਿਹਦੇ 'ਚ ਪੈਕ ਹੋਏ ਆ, ਅਤੇ 60 ਰੁਪਈਏ ਡਾਕ ਦਾ ਖਰਚਾ ਜੇ ਤੁਹਾਡੇ ਘਰ ਭੇਜਣ ਦਾ। ਗਾਈ ਕੇ ਆਖੋ ਸਤਿਨਾਮ। ਜਦੋਂ ਇਹਦੀ ਤਹਿ ਤੱਕ ਗਏ ਕਿ 60 ਰੁਪਏ ਦੇ 2, 60 ਰੁਪਏ ਦੇ ਡੱਬਾ ਉਹ ਜਿਹਦੇ 'ਚ ਪੈਕ ਨੇ, 60 ਰੁਪਏ ਡਾਕ ਖਰਚਾ, ਇੱਕ ਮਨ ਨੂੰ ਦੁੱਖ ਲੱਗਾ ਕਿਵੇਂ ਦੁਨੀਆ ਨੂੰ ਬੁੱਧੂ ਬਣਾਇਆ ਜਾ ਰਿਹਾ, ਕਿਵੇਂ ਦੇਵੀ ਦੇਵਤਿਆਂ ਦਾ ਨਾਂ ਵੀ ਗਲਤ ਵਰਤਿਆ ਜਾ ਰਿਹਾ। ਆਖੋ ਸਤਿਨਾਮ। ਇਹਦੇ 'ਚ ਇੰਨੇ ਦੇਵੀਆਂ ਦੀ ਸ਼ਕਤੀ, ਇੰਨੀ ਦੇਵੀਆਂ ਦਾ ਅਮਰ, ਆਉਂਦੇ ਚਾਈਨਾ ਤੋਂ ਪਏ। ਗੱਜ ਕੇ ਆਖੋ ਸਤਿਨਾਮ। ਥੋੜ੍ਹਾ ਆਪਾਂ ਸਾਵਧਾਨ ਹੋਈਏ, ਇਹ ਸਤਸੰਗ ਅਤੇ ਆਹ ਜਿਹੜਾ ਚੜ੍ਹਦੀ ਕਲਾ ਟਾਈਮ ਟੀਵੀ ਰਾਹੀਂ ਮਹਾਂਪੁਰਸ਼ਾਂ ਦਾ ਯਤਨ ਕਿ ਲੱਖਾਂ ਲੋਕਾਂ ਤੱਕ ਇਹ ਸਮਾਗਮ ਪਹੁੰਚੇ, ਇੱਥੋਂ ਦੇ ਵੀ ਲੋਕਲ ਚੈਨਲ ਵੀ ਨਾਲ ਸਾਰੇ ਸੇਵਾ ਨਿਭਾ ਰਹੇ ਹੈ, ਇਹ ਜਿਹੜਾ ਯਤਨ ਹੈ ਲੱਖਾਂ ਤੱਕ ਗੱਲ ਪਹੁੰਚੇ, ਇਹਦਾ ਤਾਂ ਹੀ ਲਾਭ ਹੈ ਕਿ ਜਿੱਥੇ ਜਿੱਥੇ ਸਾਧ ਸੰਗਤ ਅਸੀਂ ਆਪਣੇ ਰਾਹ ਤੋਂ ਭਟਕ ਰਹੇ ਹਾਂ, ਇਹ ਸਤਸੰਗ ਦਾ ਸਦਕਾ ਸਾਨੂੰ ਸਿੱਧਾ ਰਾਹ ਮਿਲ ਜਾਵੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜਨ ਦਾ, ਬਾਣੀ ਨਾਲ ਜੁੜਨ ਦਾ। ਇਹ ਮੈਂ ਸਤਿਗੁਰਾਂ ਦੀ ਹਜ਼ੂਰੀ 'ਚ ਕਹਿ ਰਿਹਾ, ਉਹਦੀ ਕਿਰਪਾ ਨਾਲ, ਜਿਨ੍ਹਾਂ ਨੇ ਕਿਤੇ ਧੰਨ ਲਕਸ਼ਮੀ ਯੰਤਰ 'ਤੇ ਵਿਸ਼ਵਾਸ ਕੀਤਾ ਹੋਵੇ ਜਾਂ ਮੰਗਾਏ ਹੋਣ ਜਾਂ ਮਨ ਬਣਿਆ ਹੋਵੇ ਮੰਗਾਉਣ ਦਾ, ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ, ਇਹ ਮਹਾਂਪੁਰਸ਼ਾਂ ਦੇ ਬਚਨ ਜੇ, ਜੇ ਘਰ 'ਚ ਗਰੀਬੀ ਏ, ਮਾਇਆ ਦੀ ਤੰਗੀ ਏ, ਅੱਧਾ ਪੌਣਾ ਘੰਟਾ ਪਹਿਲੀ ਪੌੜੀ ਨਾਨਕ ਹੋਸੀ ਵੀ ਸੱਚ ਤੱਕ ਇਹਦਾ ਜਾਪ ਵਧਾ ਦਿਓ, ਇੱਕ ਤਾਂ ਰੱਬ ਯਾਦ ਆਏਗਾ, ਇੱਕ ਜੇ ਕਮੀ ਏ ਘਰ ਵਿੱਚ ਮਾਇਆ ਦੀ ਤਾਂ ਰਿੱਧੀ ਸਿੱਧੀ ਵੀ ਆਉਣੀ ਸ਼ੁਰੂ ਹੋ ਜਾਏਗੀ। ਇਹ ਬਾਣੀ ਨੇ ਮੰਨਿਆ, ਪ੍ਰਭ ਕਹਿ ਸਿਮਰਨ ਰਿੱਧ ਸਿੱਧ, ਇਹਦਾ ਕੀ ਲਾਭ ਹੈ, ਦੁਨਿਆਵੀ ਚੀਜ਼ਾਂ ਵੀ ਮਿਲ ਜਾਂਦੀਆਂ, ਅਤੇ ਜਦੋਂ ਬਾਣੀ ਰਾਹੀਂ ਕੁਝ ਜਪਦੇ ਹਾਂ ਤਾਂ ਆਉਂਦਾ ਰੱਬ ਯਾਦ ਹੈ, ਕੋਈ ਭਟਕਦੇ ਨਹੀਂ ਆਪਾਂ। ਆਖੋ ਸਤਿਨਾਮ। ਪੜ੍ਹਦੇ ਹੋ ਨਾ, ਬ੍ਰਹਮ ਬਿੰਦੇ ਤਿਸਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਤਾਂ ਉੱਥੇ ਹੀ ਆ ਜਾਓ, ਮੇਨ ਜਿਹੜੀ ਵਿਚਾਰ ਚੱਲ ਰਹੀ ਉਹਦੇ ਦਾਇਰੇ 'ਚੋਂ ਨਾ ਨਿਕਲ ਜਾਈਏ। ਆਪਾਂ ਕਿੱਥੇ ਸਾਂ ਜੀ? ਮਨ ਇੰਜਣ ਹੈ। ਆਖੋ ਸਤਿਨਾਮ। ਆਪਾਂ ਇੱਥੇ ਸਾਂ, ਮਨ ਇੰਜਣ ਹੈ, ਅਤੇ ਗੱਲ ਚੱਲੀ ਸੀ ਅਜੇ ਕੋਈ ਬੀਬੀਆਂ ਸੀਰੀਅਲ ਵੇਖਦੀਆਂ, ਤੁਸੀਂ ਦੱਸੋ ਕਦੀ ਤੁਹਾਡੇ ਹੱਥ ਨੇ ਕਿਹਾ ਸੀਰੀਅਲ ਵੇਖਣਾ? ਦੱਸੋ ਕਦੀ ਪੈਰ ਨੇ ਕਿਹਾ ਸੀਰੀਅਲ ਵੇਖਣਾ? ਕਦੀ ਤੁਹਾਡੇ ਕੰਨ ਨੇ, ਜ਼ਬਾਨ ਨੇ, ਨੱਕ ਨੇ, ਅੱਖਾਂ ਨੇ ਕਿਹਾ ਕਦੀ? ਇਹ ਹੁਣ ਸਾਰੇ ਦੱਸੋ, ਜਦੋਂ ਕੋਈ ਸੀਰੀਅਲ ਵੇਖਣ ਦੇ ਦਿਲ ਕਰੇ ਤਾਂ ਪਹਿਲੇ ਕਿੱਥੋਂ ਆਵਾਜ਼ ਆਉਂਦੀ, ਕੌਣ ਕਹਿੰਦਾ ਵੇਖਣਾ? ਦੱਸੋ ਜੀ, ਮਨ ਕਹਿੰਦਾ ਨਾ, ਮਨ ਜਾਂਦਾ ਨਾ ਆਹ ਸੀਰੀਅਲ ਲਾਈਏ, ਤਾਂ ਫਿਰ ਕੀ ਹੁੰਦਾ ਦੱਸੋ? ਤੁਹਾਡੇ ਪੈਰ ਉਸ ਕਮਰੇ ਵੱਲ ਜਾਂਦੇ ਨੇ ਜਿੱਥੇ ਟੀਵੀ ਲੱਗਾ ਸੀਰੀਅਲ ਲਾਉਣ ਲਈ। ਜਦੋਂ ਪੈਰ ਕਮਰੇ ਵੱਲ ਜਾਂਦੇ ਨੇ ਤਾਂ ਸਤਿਗੁਰੂ ਕਹਿੰਦੇ ਤੇਰੇ ਪੈਰ ਮੈਲੇ ਹੋ ਗਏ। ਆਖੋ ਸਤਿਨਾਮ। ਉਹ ਮਨਾ ਇੰਨੀ ਤਾਕਤ ਤੇਰੇ 'ਚ, ਤੇਰੇ ਮਨ 'ਚ ਆਇਆ ਆਹ ਵੇਖਣਾ ਤੇ ਪੈਰ ਮੈਲੇ ਕਰਤੀ। ਹੁਣ ਜਦੋਂ ਕਮਰੇ ਜਾਂਦੀਆਂ ਬੀਬੀਆਂ ਭੈਣਾਂ ਵੀਰ, ਦੱਸੋ ਫਿਰ ਆਪਾਂ ਰਿਮੋਟ ਲੱਭਦੇ ਹਾਂ ਨਾ, ਨਹੀਂ ਕੁੜੀ ਇਹ ਰਿਮੋਟ ਕਿੱਥੇ ਰੱਖਿਆ ਜੀ? ਮੰਮੀ ਜੀ ਉਹ ਫਰਿੱਜ 'ਤੇ ਪਿਆ ਹੋਇਆ। ਹੁਣ ਜਦੋਂ ਰਿਮੋਟ ਫੜਦੇ ਹੋ, ਉਹ ਚੈਨਲ ਲਾਉਂਦੇ ਹੋ ਜਿੱਥੇ ਡਰਾਮਾ ਸੀਰੀਅਲ ਲੱਗਾ,
کہندے ہاتھ بھی میلے ہو گئے، جدوں اکھاں نال ویکھدے ہو اکھاں وی میلیاں ہو گئیاں، کناں نال او چیز سندے ہو کن وی میلے ہو گئے، اس کر کے تہانوں مننا پئے گا، من ایہو جا انجن ایک اے میلا ہو جاوے ساریاں اندریاں ہی میلیاں کر دیندا، گج کے آکھو ستنام، من میلے سب کچھ میلا، یہ اینی طاقت تے ساریاں اندریاں میلیاں کر دیندا، انجن جدھر جاوے ڈبے لے جاندے، تو تسی سر تے ہاتھ رکھنا، اترا تے مینوں انہاں نے اشارہ ایک بجے کا دتا، پر جے سٹیج تے ہور روحاں وی آ جان تے تھوڑا جا اشارہ کر دینا، اوناں ہی آپاں اورے آ جاؤں گے، یہ صرف دس منٹ آپ جی نال گرو نے لوائے نے، من چ طاقت کنی ہے، ہن تسی دس پندرہ منٹ سیوا لینی جیڑی اج من دی ریج ہے، اے من جڑا نظر بھی نہیں آندا، طاقت بھی اینی ہے دے چ، چاہے سچ کھنڈ لے جاندا چاہے نرکاں چ لے جاندا، یہ اج آپ پندرہ ایک منٹ ہور سیوا لینی، جس من چنی طاقت یہ من قابو کیویں آوے، آکھو ستنام، یہ من وس کیویں آوے، یہ بڑا ضروری وشا ہے، جس من چنی طاقت کیڑا کام کریے، من تہانوں نہ چلاوے تسی من نوں چلاؤ، گج کے آکھو ستنام، یہ من وس کیویں آوے، جس من وچ اینی طاقت ہے، یہ ہوں پندرہ منٹ سیوا لینی، تین جگتیاں نے من وس کیویں آوے، ایک سانجی ہو گئی یا دو سانجیاں یا جویں گرو کراوے، ایک واری سارے پھر پنگتی پڑھو پیار دے نال، پھر مہاراج پندرہ منٹ سیوا لین، من وس کیویں آوے، کیڑا کام کریے یہ وس چ آ جے، جہد چینی طاقت ہے کہڑا کام کریے یہ قابو آ جائے، آؤ جی ایک باری پھر یہ پنگتیاں پڑھو پھر مہاراج سیوا لین کرپا کرن، من جیوے ہر نام تیرے ہر نام چتیرے من جیوے ہر نام چتیرے پرب نام چتیرے پرب نام چتیرے، ساری سنگت کوئی ڈلا نہ پوے جی، اپنا مول پچھان اپنا مول پچھان اپنا مول پچھان اپنا مول پچھان، بولو بھنو اپنا ہاں جی اپنا مول پچھان اپنا مول پچھان اپنا من تو جوت سروپ ہے
मन तो ज्योत स्वरूप है अपना मन हर जी तेरे नाल है गुरमती रंग मान मन जीवे प्रभ नाम प्रभ नाम चतेरे जी मन जीवे हाय हाय प्रभ नाम चितेरे प्रभ नाम चितेरे सारी संगत आखो सतनाम गज के आखो सतनाम मन वस किवें आवे जिदे च इन्नी ताकत एक काबू किवें आवे मन वस किवें आवे बड़ा जरूरी विषय जे और पहली जुगती दास नूं कित्थों प्राप्त होई तुहाडे मेरे प्यारे गुरु नानक महाराज दे चरणां चों आखो सतनाम मन वस किवें आवे यह पहली जुगत हुण जिहड़ा गुरु नानक साहब ने जवाब दिता सतगुरु दास कोलों बुलाउण पर बेनती जे अद्धियां नूं पता लगेगा शायद अद्धियां नूं ना समझ विच बात आवे उहदे वास्ते दो कु मिंट गल खोलनी पएगी गुरु खुलावे हो सकदा अद्धे समझण अद्धे ना मन वस किवें आवे पहली जुगती सुण लो सिद्धा ने गुरु नानक महाराज नूं प्रश्न किया महाराज जी मन वस किवें आवे ते गुरु नानक साहब ने जवाब की दिता सुनियो जी अद्धिक शायद समझ पाउण सिद्ध कहिंदे मन वस किवें आवे ते गुरु नानक महाराज ने पता की जवाब दिता महाराज सच्चे पातशाह कहिंदे जिथों मुड़दा मोड़ लो आखो सतनाम हुण अद्धे क समझे होणगे जिथों मुड़दा बोलो सारे जिथों मुड़दा हुण इहदा मतलब की जरा सौखा आ मेरी उंगल वाल वेख्यो सारे ए उंगल तुहाडे कोलों कोई गलती हो रही है ए हो ही जा रही है भुल हो ही जा रही है गलती हो ही जा रही है हुण जिथे आके तैनू चानना हो गया जिथे आके ज्ञान हो गया चानना हो गया कहिंदे उस तों बाद गलती खत्म कर दे इत्थों ही मोड़ लै गुरु नानक कहिंदे जिथों मुड़दा मोड़ लै एक दिन मोड़ इन्ना छोटा हो जाएगा मन च ही गल आएगी शरीर करके कर्म बनेगा ही नहीं आखो सतनाम।